ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮੇਰੇ ਤੋਂ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਆਏ ਹਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ। ਸਭ ਤੋਂ ਪਹਿਲਾਂ ਮੇਰੇ ਪਿੱਛੇ ਦੇਖੋ ਆਪਣੀ ਜਿਹੜੀ ਬਾਹਰ ਵਾਲੀ ਪਾਰਕਿੰਗ ਹੈ, ਗੱਡੀਆਂ ਸਾਰੀ ਐਨ ਫੁੱਲ ਭਰੀ ਵੀ ਆ, ਕਿਉਂਕਿ ਅੱਜ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੈਗਾ ਪ੍ਰੋਗਰਾਮ। ਹਰੇਕ ਸਾਲ ਆਪਣੇ ਫਰਜ਼ੰਦੀ ਸੰਗਤ ਵੱਲੋਂ ਰਲ ਮਿਲ ਕੇ ਇੱਕ ਪ੍ਰੋਗਰਾਮ ਮਨਾਇਆ ਜਾਂਦਾ ਹੈ, ਅਤੇ ਅੱਜ ਅਖੰਡਪੁਰ ਸਾਹਿਬ ਦੇ ਭੋਗ ਵੀ ਪੈਣੇ ਨੇ। 20 ਸਾਲ ਲਗਭਗ ਮੈਨੂੰ ਹੋ ਗਏ ਨੇ ਦੇਖਦੇ ਨੂੰ ਵੀ ਹਰੇਕ ਸਾਲ ਇੱਥੇ ਪ੍ਰੋਗਰਾਮ ਚੱਲਦਾ, ਅਤੇ ਕਾਫੀ ਜ਼ਿਆਦਾ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਨਾਲ ਹੈ ਗੁਰਸ਼ਾਨ ਵੀਰ ਸਿੰਘ, ਦਵਿੰਦਰ ਸਿੰਘ, ਅੱਜ ਦੇਖੋ ਪੱਗ ਬੰਨ ਕੇ ਨੀਲੇ ਰੰਗ ਦੀ ਟੌੜਾ ਕਲਰ ਦੀ, ਅਤੇ ਗਿੱਲ ਸਾਹਿਬ ਉੱਧਰ ਆਪਣੇ ਕਰ ਰਹੇ ਨੇ ਆਪਣੀ ਸੈਟਿੰਗ ਵੈਟਿੰਗ। ਇਹ ਪ੍ਰੋਗਰਾਮ ਦੇ ਵਿੱਚ ਨਾ ਸੰਗਤ ਯਾਰ ਬਹੁਤ ਜ਼ਿਆਦਾ ਆਉਂਦੀ, ਦੇਖੋ ਤੁਸੀਂ ਬਾਹਰ ਬਿਲਕੁਲ ਐਨ ਪਾਰਕਿੰਗ ਜਿਹੜੀ ਗੱਡੀਆਂ ਵਾਲੀ ਆ ਫੁੱਲ ਐਨ ਭਰੀ ਵੀ ਆ, ਜਮਾਂ ਹੀ ਬਿਲਕੁਲ ਗੁੰਜਾਇਸ਼ ਨਹੀਂ ਕਿਸੇ ਪਾਸੇ। ਅਸੀਂ ਗੱਡੀ ਆਪਣੀ ਆ 40 ਲਾਈ ਇੱਦਾਂ, ਅਤੇ ਆਹ ਵੈਸੇ ਰਸਤਾ ਹੈਗਾ ਇੱਧਰ ਵਾਲਾ। ਇਹ ਸਾਰੀਆਂ ਗੱਡੀਆਂ ਆਪਣੇ ਪੰਜਾਬੀ ਵੀਰਾਂ ਦੀਆਂ, ਸਾਰਾ ਏਰੀਆ ਬਲੌਕ ਕੀਤਾ ਹੋਇਆ। ਬਸ ਟਾਈਮ ਇੱਧਰ ਹੁਣ 3 ਵਜੇ ਦੁਪਹਿਰ ਦੇ, ਪ੍ਰੋਗਰਾਮ ਸਾਰੀ ਸਮਾਪਤ ਹੋ ਗਿਆ ਅਤੇ ਸੰਗਤ ਸਾਰੀ ਚਲੀ ਗਈ ਆਪਣੇ ਆਪਣੇ ਘਰਾਂ ਨੂੰ। ਚਲੇ ਬਈ ਬੰਦੇ ਆਪਣੇ, ਆਪਾਂ ਤੋਂ ਪਹਿਲਾਂ ਗੱਡੀ ਆਈ, ਵੇਟ ਕਰ ਰਹੇ ਹਾਂ ਆਪਣੀ, ਵੇਟ ਕਾਫੀ ਕੀਤੀ ਲੱਗਦਾ ਮੁੰਡਿਆਂ ਨੇ। ਨਾ ਪਾਣੀ ਦੀ ਬੋਤਲ ਖੋਲ ਲਈ ਇੱਥੇ, ਹੈ ਪੀ ਗਿਆ ਜੀ ਪਾਣੀ ਦੀ ਬੋਤਲ। ਸਿਮਾ ਕਿੱਥੇ ਆਪਣਾ? ਸਿਮਾ ਰਸਤੇ ਤੇ ਹੈ। ਗਿੱਲ ਸਾਹਿਬ ਉਹ ਤੇਰਾ ਭਲਾ ਹੋ ਜੇ, ਕੀ ਹੋ ਗਿਆ ਜੀ? ਖਾ ਕੇ ਖੀਰ ਗਿੱਲ ਸਾਹਿਬ ਨੇ ਸੋਰੇ ਨੇ ਘੁੱਗੀ ਚੜ ਗਈਆਂ, ਸਰੀਰ ਡਾਊਨ ਆ ਜੀ ਅੱਜ। ਅੱਛਾ, ਦੋ ਜੀ ਰੇਮਲ ਜਾ ਕੇ ਫਿਰ ਆਪਣੀ ਦਵਾਈ ਲੈ, ਤੇ ਮੱਥਾ ਤੱਤਾ ਪਿਆ ਹੈ। ਹਾਂ ਜੀ, ਬੁਖਾਰ ਹੋ ਗਿਆ ਜੀ। ਚਲੀ ਫਿਰ ਪਕਾ, ਉਹਨੂੰ ਜਿੱਦਾਂ ਕਹਿੰਦਾ ਆਪਾਂ ਜਿੱਦਾਂ ਚੱਲਦੇ ਯਾਰ। ਤੁਸੀਂ ਮੈਨੂੰ ਜਿੱਦੇ ਕਹਿ ਦਿੰਦੇ ਕੋਈ ਚੱਕਰ ਨਹੀਂ, ਚੱਲਦੇ। ਹੋਰ ਕੀ, ਲੈ ਪਾਣੀ ਵੀਰੇ ਲੰਘ ਗਿਆ।
ਸਭ ਚਲੇ ਗਏ ਸੰਗਤ ਸਾਰੀ ਚਲੇ ਗਈ। ਲੈ ਮਿੱਤਰੋ ਸਿਮਾ ਸਿੰਘ ਢਿੱਲਾ ਹੋ ਗਿਆ ਆਪਣਾ ਗਿੱਲ ਸਾਹਿਬ, ਉਹ ਜਾ ਕੇ ਦਿੰਦੇ ਦਵਾਈ ਜਿਹਨਾਂ ਆਪਣਾ ਪੰਜਾਬ 'ਚ ਹੁੰਦੇ ਆਪਾਂ ਫਿੰਗਰ 'ਚ ਉਹ ਜਾਣ ਲੱਗੇ ਟੀਕਾ ਲਵਾ ਚੱਲੋ ਨਾ। ਇੱਥੇ ਉਹ ਚੀਜ਼ ਨਹੀਂ, ਇੱਥੇ ਸਿਰਫ ਜਿਹੜੀਆਂ ਦਵਾਈਆਂ ਨੋਰਮਲ ਜੀ ਹੈ, ਇੱਕ ਤੱਕਪ੍ਰੀਨ ਹੈ, ਇੱਕ ਔਕੀ ਆ, ਬਸ ਕੁਛ ਵੀ ਹੋਏ ਬੰਦੇ ਨੂੰ ਉਹੀ ਦੁਖਣੇ ਪੈਂਦੇ ਪਹਿਲਾਂ ਅਤੇ ਬਾਅਦ 'ਚ ਤਾਂ ਛੱਡੋ ਸਵੇਰੇ ਕੰਮ 'ਤੇ ਵੀ ਜਾਣਾ। ਪਰਦੇਸ ਹੀ ਹੁੰਦਾ ਹੈ ਆਪਾਂ ਪੰਜਾਬ 'ਚ ਨਾ, ਜੇ ਬੁਖਾਰ ਚੜ੍ਹ ਜਾਵੇ, ਕੋਈ ਦੁਖਦਾ ਹੋਵੇ ਨਾ, ਢਿੱਲਾ ਮਿੱਠਾ ਬੰਦਾ ਹੋਵੇ, ਤਾਂ ਘਰ ਦੇ ਵੀਰ ਕਹਿੰਦੇ ਦੁੱਧ ਪੀ ਲਾ, ਰੈਸਟ ਕਰ ਲਾ, ਹੈ ਨਾ, ਕੋਈ ਨਾ ਏਦਾਂ ਹੋ ਜਾਊ, ਕੱਖ ਬਾਅਦ 'ਚ ਵੱਢ ਹੋਣਾ, ਕੋਈ ਗੱਲ ਨਹੀਂ। ਇੱਥੇ ਨਹੀਂ, ਇਸ ਟਾਈਮ ਦੇ ਪਾਬੰਦ ਕੰਮ 'ਤੇ ਜਾਣਾ ਪੈਣਾ। ਜਿਵੇਂ ਨਾ ਕਿ ਉਰੇ ਸਾਡੀ ਇਟਲੀ 'ਚ ਕਹਾਵਤ ਹੈ ਵੀ ਜਿਹੜੀ ਇਹ ਚਿੱਟੀ ਚਮੜੀ ਹੈ ਨਾ, ਇਹ ਕੰਮ ਦੀ ਮਿੱਤ ਹੈ, ਬੰਦੇ ਦੀ ਕਦਰ ਨਹੀਂ ਹੈਗੀ, ਕੰਮ ਦੀ ਕਦਰ ਹੈ ਜਿਹੜੀ ਚਿੱਟੀ ਚਮੜੀ ਹੈ। ਖਾਸ ਤੌਰ 'ਤੇ ਕਾਫੀ ਗੱਲਾਂ ਦੇਖਣ ਉਰੇ ਮਿਲੀਆਂ, ਹੈਗਾ ਇਹ ਬਾਕੀ ਸੱਚਾਈ ਹੈ ਗੱਲ ਦੇ ਵਿੱਚ। ਅਤੇ ਬਾਕੀ ਅੱਜ ਮੌਸਮ ਇੱਥੋਂ ਦੇਖੋ ਕਿੱਦਾਂ ਦਾ, ਘੁਸਮੁਸ ਹੋਇਆ ਹੋਇਆ, ਬਦਲਵਾਈਜ਼ ਹੋ ਗਈ ਆ। ਸਵੇਰੇ ਮੌਸਮ ਥੋੜ੍ਹਾ ਜਿਹਾ ਸਾਫ ਸੀਗਾ, ਇੱਦਾਂ ਲੱਗਦਾ ਸੀ ਵੀ ਅੱਜ ਦਿਨ ਦੇ ਵਿੱਚ ਧੁੱਪ ਆਊਗੀ ਅਤੇ ਗਰਮੀ ਹੋਊਗੀ, ਪਰ ਨਹੀਂ, ਦੇਖੋ ਬਦਲਵਾਈਜ਼ ਹੋ ਗਿਆ, ਮੀਂਹ ਪੈਣ ਦੇ ਚਾਂਸ ਦੁਬਾਰਾ ਫਿਰ ਬਣ ਗਿਆ। ਸਿਆਲ ਸਾਲ ਬਿਲਕੁਲ ਨਹੀਂ ਪਤਾ ਲੱਗਦਾ ਯਾਰ ਮੌਸਮ ਦਾ ਕਿੱਦਾਂ ਹੁੰਦਾ ਹੈ, ਦਿਨ ਦੇ ਵਿੱਚ ਦੋ ਤਿੰਨ ਵਾਰੀ ਮੌਸਮ ਆਟੋਮੈਟਿਕ ਚੇਂਜ ਹੋ ਜਾਂਦਾ, ਕਦੇ ਧੁੱਪ ਚੜ੍ਹ ਜਾਂਦੀ ਆ, ਕਦੇ ਬਦਲਵਾਈਜ਼ ਅਤੇ ਕਦੇ ਮੀਂਹ। ਅਤੇ ਹੁਣ ਆਪਾਂ ਘਰ ਨੂੰ ਜਾਂਦੇ ਹਾਂ ਅਤੇ ਮਿੱਤਰੋ ਰੁਕ ਗਏ ਇੱਥੇ, ਇੱਕ ਤੁਹਾਨੂੰ ਚੀਜ਼ ਦਿਖਾਉਣੀ ਆ। ਜਿੰਨੀ ਵਾਰ ਵੀ ਅਸੀਂ ਘਰ ਨੂੰ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ, ਰੋਡ ਦੇ ਉੱਤੇ ਇੱਕ ਚੀਜ਼ ਆਉਂਦੀ ਆ, ਅਸੀਂ ਤਾਂ ਚੱਲ ਖੈਰ ਦੇਖ ਕੇ ਜਾਂਦੇ ਹਾਂ, ਅਤੇ ਸੋਚਿਆ ਕਈ ਵਾਰੀ ਵੀ ਤੁਹਾਨੂੰ ਵੀ ਦਿਖਾਈਏ, ਅਤੇ ਅੱਜ ਆਪਾਂ ਤੁਹਾਨੂੰ ਵੀ ਉਹ ਚੀਜ਼ ਦਿਖਾਉਂਦੇ ਹਾਂ ਕੀ ਆ। ਆਹ ਦੇਖੋ ਆਹ ਵਾਲੀ ਕੀ ਚੀਜ਼ ਹੈ, ਆਹ ਜਿਹੜਾ ਤੂੰ ਦੇਖਦੇ ਨਾ, ਇਹ ਹੈਗਾ ਰੋਲ ਪਾਲੀਏ ਦਾ। ਇਹਨੂੰ ਸਟਾਲੇ ਵਿੱਚ ਵਰਤੇ ਜਾਂਦੇ ਕਾਫੀ ਜ਼ਿਆਦਾ, ਖੇਤਾਂ ਖੂਤਾਂ ਵਿੱਚ ਲੋਕ ਲੈ ਕੇ ਜਾਂਦੇ ਆ, ਜਿੱਥੇ ਗਾਈਆਂ ਦਾ ਫਾਰਮ ਹੁੰਦਾ ਉੱਥੇ ਵਰਤਿਆ ਜਾਂਦਾ। ਅਤੇ ਆਹ ਸਾਈਕਲ ਦੇ ਉੱਤੇ ਬੰਦਾ ਬੈਠਾ, ਇਹ ਇੱਦਾਂ ਫੀਲ ਹੁੰਦਾ ਦੂਰੋਂ ਜਦੋਂ ਜਾਂਦੇ ਆ ਵੀ ਭਜਾ ਕੇ ਸਾਈਕਲ ਲੈ ਕੇ ਆਏ, ਜਾ ਕੇ ਵਿੱਚ ਵੱਜਿਆ। ਅਤੇ ਇਹਦਾ ਇੱਕ ਕਾਰਨ ਹੈ ਕਿ ਮੈਂ ਤੁਹਾਨੂੰ ਉਹ ਵੀ ਦੱਸਦਾ ਕੀ ਆ। ਤੁਸੀਂ ਮੇਰੇ ਪਿੱਛੇ ਦੇਖੋ ਇੱਧਰ, ਜਿਹੜੀ ਉਹ ਪਿੱਛੇ ਤੁਹਾਨੂੰ ਸ਼ੋਪ ਦਿਖਦੀ ਆ ਨਾ, ਉਹ ਸ਼ੋਪ ਹੈਗੀ ਆ ਬਾਇਓਲੋਜਿਕ ਸ਼ੋਪ ਹੈ, ਮਤਲਬ ਇਹਨਾਂ ਦੇ ਪਿੱਛੇ ਉੱਪਰ ਖੇਤੀਬਾੜੀ ਹੈ ਇਹਨਾਂ ਦੀ, ਅਤੇ ਉੱਥੋਂ ਹੀ ਜਮਕੀਨੀਆਂ ਟਮਾਟਰ ਮਿਲਣਜਾਨੇ ਸਾਰੇ ਤੋੜ ਕੇ ਲੈ ਕੇ ਆਉਂਦੇ ਨੇ, ਅਤੇ ਇੱਥੇ ਲੈ ਕੇ ਵੇਚਦੇ ਆ ਬਾਇਓਲੋਜਿਕ ਤੌਰ ਦੇ ਉੱਤੇ। ਅਤੇ ਜਿਹੜਾ ਮੂਹਰੇ ਲੱਗਿਆ ਹੋਇਆ ਸਟੈਚੂ ਬਣਾਇਆ ਹੋਇਆ ਇਹਨਾਂ ਨੇ, ਇਹ ਸਟੈਚੂ ਦਾ ਕਾਰਨ ਵੀ ਇਹੀ ਆ, ਲੰਘਦੇ ਲੰਘਦੇ ਫਿਰ ਨਿਗਾਹ ਪੈਂਦੀ ਆ ਵੀ ਆਹ ਇੱਕ ਵੱਖਰੀ ਚੀਜ਼ ਕੀ ਆ, ਬਸ ਉਹ ਬੰਦਿਆਂ ਦਾ ਅਟਰੈਕਸ਼ਨ ਕਰਨ ਵਾਸਤੇ ਇੱਦਾਂ ਚੀਜ਼ ਲੱਗੀ ਹੋਈ ਆ। ਇਹ ਨਾ ਲੋਕ ਕਾਫੀ ਜ਼ਿਆਦਾ ਕਰਦੇ, ਰੈਸਟੋਰੈਂਟਾਂ ਦੇ ਬਾਹਰ ਵੀ, ਪੀਜ਼ੇਰੀਆਂ ਬਾਹਰ ਵੀ, ਆਪਣੀ ਸ਼ੋਪਾਂ ਦੇ ਬਾਹਰ ਇੱਦਾਂ ਕੋਈ ਅਜੀਬੋ ਗਰੀਬ ਕੁਛ ਕਰਦੇ ਰਹਿੰਦੇ ਆ, ਤਾਂ ਕਿ ਲੰਘਦੇ ਵੜਦੇ ਲੋਕਾਂ ਦਾ ਅਟਰੈਕਸ਼ਨ ਖਿੱਚ ਸਕਣ, ਅਤੇ ਉਹ ਫਿਰ ਬੰਦਾ ਭੁੱਲਦਾ ਨਹੀਂ ਉਹ ਚੀਜ਼ ਨੂੰ। ਅਤੇ ਰੋਡ ਆਹ ਵਾਲਾ ਇੰਨਾ ਚੱਲਦਾ ਨਾ, ਬਹੁਤ ਰੋਡ ਚੱਲਦਾ, ਇਹ ਵਾਲਾ ਰੋਡ ਸਿੱਧਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਅਤੇ ਸਾਨੂੰ ਆਪਣੇ ਘਰ ਤੱਕ ਜੋੜਦਾ ਇਹ ਵਾਲਾ ਰੋਡ। ਅਤੇ ਇੱਕ ਵੱਡਾ ਰੋਡ ਵੀ ਆਉਂਦਾ, ਉਹ ਉੱਪਰ ਨੂੰ ਘੁੰਮ ਜਾਂਦੇ ਪਰਲੇ ਪਾਸੇ ਨੂੰ, ਅਤੇ ਸਿੰਗਲ ਰੋਡ ਹੈ, ਮਤਲਬ ਛੋਟਾ ਰੋਡ ਆ, ਚੱਲਦਾ ਇੰਨਾ, ਸਿੰਗਲ ਰੋਡ ਹੋਣ ਦੇ ਬਾਵਜੂਦ ਵੀ ਇੰਨਾ ਚੱਲਦਾ। ਦੇਖੋ ਤੁਸੀਂ ਗੱਡੀਆਂ ਦੇ ਪਰ ਚੱਲੀ ਵੀ ਜਾਂਦੀ ਹੈ ਬਸ। ਹਾਂਜੀ ਸ਼ਾਨਵੀਰ ਸਿੰਘ, ਹਾਂਜੀ, ਠੀਕ ਹੈ, ਕਿੱਦਾਂ ਲੱਗਿਆ ਮਾਹੌਲ? ਵਧੀਆ ਲੱਗਿਆ, ਮਾਹੌਲ ਵਧੀਆ, ਕਹਿੰਦਾ ਇਟਸ ਵੈਰੀ ਗ੍ਰੀਨ। ਜਿਹੜੀ ਸਾਹਮਣੇ ਬੱਸ ਦੇਖਦੇ ਹੋ ਮਿੱਤਰੋ, ਇਹ ਬੱਸ ਸਰਕਾਰੀ ਬੱਸ ਹੈ, ਅਤੇ ਬੱਸਾਂ ਦਾ ਉਰੇ ਵੀ ਉਹੀ ਹਾਲ ਆ, ਸਰਕਾਰੀ ਬੱਸਾਂ ਦੇਖੋ ਟੇਢੀ ਇੱਕ ਪਾਸੇ ਨੂੰ, ਅਤੇ ਨਾਲ ਦੇਖੋ ਸਲੰਸਰ ਨੇ ਧੂੰਆਂ ਮਾਰ ਮਾਰ ਕੇ ਉਹਦਾ ਉਹ ਸਾਰੇ ਹੀ ਪਿੱਛੋਂ ਸੀਸਾ ਕਾਲਾ ਕੀਤਾ ਵੈ। ਮਤਲਬ ਵੀ ਸਰਕਾਰੀ ਜੀ ਕੋਈ ਵੀ ਹੋਵੇ, ਚਾਹੇ ਰੋਡਵੇਜ਼ ਦੀ ਲਾਰੀ ਹੋਵੇ, ਚਾਹੇ ਉਹਦਾ ਗਾਣਾ ਵੀ ਇੱਥੇ ਇਟਲੀ ਦੀ ਸਵਾਰੀ ਹੋਵੇ, ਸਰਕਾਰੀ ਚੀਜ਼ ਦੀ ਕਦਰ ਇੱਦਾਂ ਹੀ ਹੁੰਦੀ ਆ। ਲੈ ਵੀ ਹੁਣ ਆਪਾਂ ਰੁਕੇ ਹਾਂ ਆਪਣੇ ਸ਼ਹਿਰ ਦੀ ਬਾਰ ਦੇ ਉੱਤੇ, ਇਹੀ ਇਕੱਲੀ ਬਾਰ ਖੁੱਲ੍ਹੀ ਆ ਅੱਜ ਐਤਵਾਰ ਦਿਨ, ਬਾਕੀ ਲਗਭਗ ਸਾਰੀਆਂ ਬਾਰਾਂ ਬੰਦ ਹੁੰਦੀਆਂ ਨੇ। ਕਹਿੰਦੇ ਕਾਫੀ ਪੀ ਕੇ ਜਾਣੀ ਹੈ ਰੋਟੀ ਖਾਣ ਤੋਂ ਬਾਅਦ, ਜਿਹੜੀ ਕਾਫੀ ਹੈ ਰੋਟੀ ਖਾਣ ਤੋਂ ਬਾਅਦ ਵਧੀਆ ਕੰਮ ਕਰਦੀ ਆ, ਮਤਲਬ ਇੱਕ ਤਾਂ ਸਰੀਰ ਨੂੰ ਕੰਡੇ ਪਰ ਰੱਖਣ ਦਾ ਕੰਮ, ਤਾਂ ਉਹਦਾ
ਹੈਗੇ ਜਿਹੜਾ ਹੈਗਾ ਅਤੇ ਪਲੱਸ ਖਾਧਾ ਪੀਤਾ ਵੀ ਹਜ਼ਮ ਕਰਦੀ ਆ ਅਤੇ ਖਾਧਾ ਪੀਤਾ ਮੁੰਡੇ ਕਾਫੀ ਅੱਜ ਖੀਰ ਖੂਰ ਅੱਜ ਖਾਧੀ ਵੀ ਇਹਨਾਂ ਨੇ ਖੀਰ ਵੀ ਖਾਧੀ ਮਟਰ ਪਨੀਰ ਵੀ ਖਾਧਾ ਢਿੱਡ ਭਰੇ ਪਏ ਨੇ ਦੇਖੋ ਇਹਦਾ ਇਹ ਹੁਣ ਨਾ ਕਾਫੀ ਪੀ ਕੇ ਸੈੱਟ ਹੋਣੇ ਆ ਆਪਾਂ ਦੋ ਕਾਫੀ ਔਡਰ ਕੀਤੀਆਂ ਇੱਕ ਮੇਰੇ ਵਾਸਤੇ ਇੱਕ ਦਵਿੰਦਰ ਵਾਸਤੇ ਸ਼ਾਂਤਾ ਕੀ ਬਣਾਉਂਦਾ ਕੀ ਬਣੇ ਗਲ ਕਾਫੀ ਪੀ ਲਿਆ ਮਾੜਾ ਸਹੀ ਕੰਡੇ ਹੋ ਜਾਓ ਮਾੜਾ ਜਿਹਾ ਕਿਵੇਂ ਸਿਹਤ ਹੁਣ ਠੀਕ ਹੈ ਕਾਫੀ ਪੀ ਗਿਆ ਮਾੜਾ ਆਰਾਮ ਤਾਂ ਆ ਮੈਨੂੰ ਪਤਾ ਵੀ ਕੁਛ ਆ ਜੇ ਨਹੀਂ ਚੱਕੀ ਨਾ ਆਹ ਤਾਂ ਜਾ ਕੇ ਚੱਕੂ ਹੋ ਜਾਊ ਪਹਿਲਾਂ ਮੈਂ ਚੱਕ ਲਈਏ ਠੀਕ ਹੋ ਗਿਆ ਕੰਡੇ ਬਹੁਤ ਸਰੀਰ ਵਧੀਆ ਲੈ ਸਹੀ ਗੱਲ ਹੈ ਮਿੱਤਰੋ ਅਸੀਂ ਕਾਫੀ ਪੀਤੀ ਹੈ ਗੁਰਸ਼ਾਨ ਵੀਰ ਨੇ ਪੀਤੀ ਹੈ ਕੈਪੂਚੀਨੋ ਵਿਦ ਲਾਤੇ ਗੈਂ ਵਾਲਾ ਦੇਖੋ ਐਤਵਾਰ ਲਗਭਗ ਸਾਰੀ ਬਾਜ਼ਾਰ ਨਾ ਬੰਦ ਹੁੰਦਾ ਹੈ ਆਹ ਸਾਰੀਆਂ ਸ਼ੋਪ ਵੈਸੇ ਖੁੱਲ੍ਹੀਆਂ ਹੋਣੀਆਂ ਅੱਜ ਐਤਵਾਰ ਸਾਰਾ ਕੁਛ ਬੰਦ ਹੈ ਦੇਖੋ ਦੋ ਕੌਲੀਆਂ ਖੀਰ ਦੀਆਂ ਇੱਕ ਮਟਰ ਪਨੀਰ ਦੀ ਤਿੰਨ ਰੋਟੀਆਂ ਹੈ ਨਾਲੇ ਮਿਕਸ ਸਬਜ਼ੀ ਚੌਲਾਂ ਦੀ ਕੌਲੀ ਕੈਪੂਚੀਨੋ ਪੀ ਕੇ ਆਹ ਉੱਪਰ ਉਹਦੀ ਕਚਰੇ ਕਿਤੇ ਕਿਤੇ ਜਲੇਬੀਆਂ ਤਾਂ ਹਾਂ ਚਲੋ ਮਿੱਠੇ ਆਪਾਂ ਨੇ ਕਿੰਨਾ ਇੱਧਰ ਡਿਵਾਈਡ ਹੋ ਗਈਆਂ ਚਾਰ ਚਾਰ ਇੱਧਰ ਆਈਏ ਦੋ ਯਾਦ ਨਾ ਇੱਕ ਨੀ ਝੂਠ ਨਾ ਬੋਲ ਰਹੇ ਸਭ ਕਿਤਾਬ ਗਲਤ ਹੋਇਆ ਮੇਰੇ ਨਾਲ ਮੇਰੇ ਨਾਲ ਨਿਆਇ ਹੋਇਆ ਹੈ ਕੁਛ ਆਟਾ ਥੱਲੇ ਰੱਖਤਾ ਕਿਉਂਕਿ ਅੱਜ ਨਾ ਆਟੇ ਦੇ ਵਿੱਚ ਜਿਹੜੀ ਲੈਵੀ ਤੋਂ ਪਾਈ ਹੈ ਬਹੁਤ ਹਿਸਾਬ ਨਾਲ ਪਾਈ ਹੈ ਵੀ ਆਟਾ ਕਿਤੇ ਆਪਣਾ ਜ਼ਿਆਦਾ ਵੀ ਨਾ ਹੋ ਜਾਵੇ ਕਿਉਂਕਿ ਜਿਹੜੀ ਆਪਣੀ ਆਹ ਵਾਲੀ ਫਰਿੱਜ ਜਿਹਦੇ ਵਿੱਚ ਆਪਾਂ ਆਟਾ ਵਗੈਰਾ ਰੱਖਦੇ ਹਾਂ ਸਾਰੇ ਆ ਦੇਖੋ ਖਰਾਬ ਹੋ ਗਈ ਫਰਿੱਜ ਆਪਣੀ ਚੱਲਦੀ ਨਹੀਂ ਹੈਗੀ ਇਹਦਾ ਟੈਂਪਰ ਦੇਖੋ 30 ਤੱਕ ਆਇਆ ਵਾ ਇਹ ਚਾਹੀਦਾ 70 ਤੱਕ ਚਾਹੀਦਾ ਇਹ ਫਰਿੱਜ ਆਪਣੀ ਖਰਾਬ ਹੋ ਗਈ ਹੈ ਜਵਾਬ ਦੇਈ ਆ ਦੇਖੋ ਪਿੱਛੋਂ ਖਾਲੀ ਪਈ ਆ ਜਮਾਂ ਹੀ ਗਰਮ ਪਈ ਆ ਆਟਾ ਜੇ ਆਪਾਂ ਲੇਵੀ ਤੋਂ ਜ਼ਿਆਦਾ ਪਾਏ ਜਾਂਦੇ ਆਟਾ ਪਹਿਲਾਂ ਤਿਆਰ ਹੋ ਜਾਂਦਾ ਫਰਿੱਜ ਵਿੱਚ ਆਟਾ ਰੱਖਣਾ ਪੈਂਦਾ ਲੇਵੀ ਤੋਂ ਰੁਕਣ ਵਾਸਤੇ ਪਰ ਹੁਣ ਫਰਿੱਜ ਦੀ ਜਲਦੀ ਇਸ ਕਰਕੇ ਇੰਨੀ ਕੁ ਲੇਵੀ ਤੋਂ ਪਾ ਗਿਆ ਸੀਗਾ ਮੈਂ ਵੀ ਹੌਲੀ ਹੌਲੀ ਚੱਲੀ ਜਾਵੇ ਅਤੇ ਜ਼ਿਆਦਾ ਨਾ ਹੋਵੇ ਘੱਟ ਭਾਵੇਂ ਹੋਵੇ ਕਿਉਂਕਿ ਜੋ ਘੱਟ ਹੁੰਦੀ ਲੇਵੀ ਤੋਂ ਹੌਲੀ ਹੌਲੀ ਆਟਾ ਇੰਪਾਸ ਤੋਂ ਲੇਵੀ ਤੋਂ ਹੁੰਦੀ ਆ ਫਿਰ ਆਪਾਂ ਉਹਨੂੰ ਫੋਰਨ 'ਚ ਰੱਖ ਸਕਦੇ ਹਾਂ ਜਿੱਥੇ ਟੈਂਪਰੇਚਰ ਜ਼ਿਆਦਾ ਹੁੰਦਾ ਹੀਟ ਹੁੰਦੀ ਆ ਅਤੇ ਉਹਨੇ 2 ਘੰਟੇ ਵੀ ਲੇਵੀ ਤੋਂ ਹੋ ਜਾਣਾ ਜੇ ਕਿਤੇ ਲੇਵੀ ਜ਼ਿਆਦਾ ਪੈ ਜਾਵੇ ਉਹ ਜ਼ਿਆਦਾ ਆਟਾ ਫੁੱਲ ਜਾਵੇ ਫਿਰ ਰੱਖਣਾ ਪੈਂਦਾ ਫਰਿੱਜ ਦੇ ਵਿੱਚ ਅਤੇ ਫਰਿੱਜ ਆਪਣਾ ਹੈਗਾ ਖਰਾਬ ਸ਼ਨੀ ਐਤਵਾਰ 2 ਦਿਨ ਮਿਸਤਰੀ ਆਉਂਦਾ ਨਹੀਂ ਹੈਗਾ ਅਤੇ ਕੱਲ੍ਹ ਨੂੰ ਸਵੇਰੇ ਅਪੁਆਇੰਟਮੈਂਟ ਹੈ ਕੱਲ੍ਹ ਨੂੰ ਸਵੇਰੇ ਆ ਕੇ ਮਿਸਤਰੀ ਠੀਕ ਕਰਕੇ ਜਾਊਗਾ ਅਤੇ ਆਪਾਂ ਨੇ ਆਪਣਾ ਆਟਾ ਕੁਛ ਬਾਹਰ ਰੱਖਤਾ 2-3 ਡੱਬੇ ਅਤੇ 2-4-5 ਡੱਬੇ ਆਪਾਂ ਨੇ ਪੱਟੀ ਥੱਲੇ ਵੜਤੇ ਤਾਂ ਕਿ 4 ਵੱਜ ਗਏ 2 ਘੰਟੇ ਤੱਕ ਆਟਾ ਸਾਰਾ ਤਿਆਰ ਹੋ ਜਾਣਾ ਫਿਰ ਬਾਅਦ 'ਚ ਆਪਾਂ ਆ ਕੇ ਉਹਦੇ ਪੀਸੇ ਵਗੈਰਾ ਬਣਾਵਾਂਗੇ ਇਹ ਵੀ ਟਾਈਮ ਹੁਣ ਸ਼ਾਮ ਦੇ 6:30 ਹੋ ਗਏ ਅਤੇ ਆਪਾਂ ਆਪਣੀ ਪੱਟੀ ਪੁੱਟੀ ਬਾਲ ਕੇ ਅੰਦਰ ਆਟਾ ਉਟਾ ਚੈੱਕ ਕਰ ਲਿਆ ਸਾਰਾ ਕੁਝ ਲਗਭਗ ਓਕੇ ਹੀ ਆ
ਤੇ ਦਵਿੰਦਰ ਨੂੰ ਭੇਜਿਆ ਸਾਹਮਣੇ ਮਾਰਕੀਟ ਦੇ ਵਿੱਚ ਚਾਹ ਲੈਣ ਵਾਸਤੇ। ਮੈਂ ਕਿਹਾ ਵੀ ਕਾਫੇ ਬੜ ਗਿਆ ਵਧੀਆ ਜੀ। ਉਹ ਦੇਖੋ ਸਾਹਮਣੇ ਕਾਫੇ ਦੀ ਮਸ਼ੀਨ ਤੋਂ ਦਵਿੰਦਰ ਸਿੰਘ ਕਾਫੇ ਲੈ ਰਿਹਾ, ਦੇਖੋ ਖੜਾ ਦਵਿੰਦਰ ਨੇ ਕਾਫੇ। ਉਹ ਗਲਾਸ ਚੱਕ ਲਿਆ, ਚੱਕ ਦੋ ਆ ਗਿਆ ਵੀ ਮਾਉਂਦਾ ਬੱਬਰ ਸ਼ੇਰ। ਉਹ ਦੇਖ ਕੇ ਫਿਰ ਕਹਿੰਦਾ ਆਜੋ ਆਜੋ ਫਟਾਫਟ, ਤਿਆਰ ਹੈ ਕਾਫੇ ਐਨ ਭਾਗੀ। ਆ ਜੂਮ ਬਹੁਤ ਵਧੀਆ ਫੋਨ ਦਾ, ਦੇਖੋ ਇਹਦਾ ਹੁੰਦਾ। ਉਹ ਦੇਖ ਕਿੱਥੋਂ ਦਵਿੰਦਰ ਨੂੰ ਕੈਚ ਕਰ ਰਿਹਾ ਹੈ, ਪੂਰਾ ਵਧੀਆ ਜੂਮ ਹੈ। ਕਾਸ਼ ਟ੍ਰੇ ਲੈ ਕੇ ਆਉਂਦਾ ਹੈ ਦਵਿੰਦਰ। ਟੈ 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 ਹੋਈ ਪਈ ਆ, ਦੇਖ ਲਿਆਓ ਬਈ। ਸਹੀ ਗੱਲ ਹੈ ਭਾਈ, ਫੋਨ ਦਾ ਜੂਮ ਬਹੁਤ ਤਕੜਾ ਹੈ, ਉਹ ਬਹੁਤ ਦੂਰੋਂ ਕੈਚ ਕਰਦਾ ਹੈ। ਅੱਛਾ ਜੀ, ਹੋਰ ਕਿਆ, ਤੂੰ ਦੇਖ ਲੈ ਵੀ ਤੈਨੂੰ ਠਿਆਨੀ ਵਿੱਚ ਪਾਉਂਦੇ ਨੂੰ ਦੇਖਦਾ ਸੀਗਾ ਵੀ ਉਹ ਪਾਤੀ। ਅੱਛਾ ਜੀ, ਇੰਨਾ ਜੂਮ ਹੈ। ਸਿਮੇ ਬਲਾਉ ਜਾ ਕੁੜਿਆ, ਸਿਮਰਿਆ ਮੈਂ ਤੁਹਾਨੂੰ ਸਿਰ ਬਹੁਤ ਦੁਖਦਾ ਹੈ ਤੇ ਸਿਮਾ ਜੀ ਨਹੀਂ ਨੋਵਾ ਪੈ ਨੇ ਦਵਾਈ ਲਈ ਹੈ ਜੀ। ਸਿਮਾ ਬੱਟੀ ਲੈ ਕੇ ਆਇਆ, ਅੱਛਾ ਗੋਲ ਲੈ ਕੇ ਆਇਆ। ਹਾਂ ਅੰਦਰ ਵੱਧ ਧੱਕੇ ਨਾਲ, ਧੱਕਿਆਂ ਦੀ ਲੋੜ ਹੀ ਨਹੀਂ। ਤੂੰ ਕਹਿ ਕੇ ਚਾਹ ਪੀਣੀ, ਅੰਦਰ ਹਾਕਾਂ ਮਾਰਦੇ ਫਿਰਦੇ ਚਾਹ ਨੂੰ। ਜਿਹੜਾ ਬਾਹਰ ਮਿੱਤਰ ਮੌਸਮ ਹੋਇਆ ਦੇਖੋ ਕਿੰਨਾ ਵਧੀਆ ਹੋਇਆ ਵਾ, ਆਹ ਟਾਈਮ ਦਾ ਮੌਸਮ ਬੜਾ ਘੈਂਟ ਹੁੰਦਾ ਤੇ ਚਾਹ ਛੱਡਣ ਨੂੰ ਦਿਲ ਕਿਹਦਾ ਕਰਦਾ, ਨਾਲੇ ਰੋਡ ਤੇ ਬਹਿ ਕੇ ਚਾਹ ਪੀਣ ਦਾ ਨਜ਼ਾਰਾ ਆਉਂਦਾ, ਉਹ ਵੱਖਰਾ ਹੀ ਆਉਂਦਾ। ਕਾਫੀ ਪੀਣੀ ਚਾਹ? ਕਾਲੀ ਮਿਰਚਾਂ ਪਾਈਆਂ ਵੀ ਨੇ ਤੇ ਥੋੜਾ ਵਿੱਚ ਇਹਦੇ ਨਮਕ ਪਾਇਆ ਵਾ ਤੇ ਇੱਕ ਹੋਰ ਆਈਟਮ ਪਾਈ ਸਾਡੀ ਫੇਵਰੇਟ ਹੈ ਤੇ ਉਹ ਤੁਸੀਂ ਜਦੋਂ ਆਓਗੇ ਤੁਸੀਂ ਕਬਾਬ ਖਾ ਕੇ ਦੱਸੋ ਕੀ ਪਾਇਆ ਵਾ। ਕਰੋ ਚੱਕ ਮਿੱਤਰੋ ਆਪਣੀ ਪਾਸ ਤੋਂ ਹੈ ਬਣ ਗਈ ਹਨ ਗੱਲਬਾਤ। ਇਹਦਾ ਪਤਾ ਪਤਾ ਕਿੱਥੋਂ ਲੱਗਦਾ? ਜਦੋਂ ਪੇਟ ਦੇ ਵਿੱਚ ਪੇੜਾ ਭਿੜ ਜਾਂਦਾ ਸਮਝ ਲਓ ਵੀ ਆਟਾ ਆਪਣਾ ਲਗਭਗ ਤਿਆਰ ਹੈ। ਅਤੇ ਅਸੀਂ ਰਹਿੰਦੀ ਖੁੰਦੀ ਕੱਚ ਨੇ ਹਲੇ ਹੋਰ ਕੱਢਦੇ ਨਹੀਂ ਹੈ ਕਿਉਂਕਿ ਹੁਣ ਅੰਦਰ ਭੱਠੀ ਵੀ ਚੱਲਦੀ ਹੈ ਪੂਰੀ, ਇਹਦਾ ਵੀ ਫੁੱਲ ਸੇਕ ਹਨ ਅਤੇ ਉੱਧਰ ਆਪਣਾ ਕਬਾਬ ਉਹਦਾ ਫੁੱਲ ਐਨ ਫੁੱਲ ਬੜਾ ਫੁੱਲ ਸੇਕ ਹੈ। ਅਤੇ ਬਾਕੀ ਸਾਨੂੰ ਲਾਉਣੇ ਕਿ ਆਪਣੀ ਕੁੜੀ ਕੰਮ 'ਤੇ ਹੋਰ ਆਉਂਦੀ ਆ, ਇੱਕ ਉਮਰਤੀ ਨਾ ਲਈ ਸਿਮਰਤੀ ਨਾ, ਇਹ ਵੀ ਕੁੜੀ ਆਪਣੇ ਕੰਮ 'ਤੇ ਆਉਂਦੀ। ਚਾਹ ਉਮਰਤੀ ਨਾ ਸਭ ਤੁਸੀਂ ਬੌਸ ਵੀ ਆ ਗਏ ਨੇ। ਬੌਸ ਕਿੱਦਾਂ? ਯੈਸ ਹੋ ਗਿਆ ਕਰੇ ਸਕੂਲ ਦਾ ਕੰਮ ਨਿਬੜਿਆ ਸਾਰੀ ਮਿੱਤਰੋ? ਆਹ ਟਾਈਮ ਨਾਲ ਠੰਡ ਹੋ ਜਾਂ ਦੇਖੋ ਕੁਸ਼ਾਨੇ ਕੋਟੀ ਵਾਂਗ ਉਤਰਿਆ ਤੇ ਕਹਿੰਦੇ ਠੰਡ ਆਉਂਦੀ ਤੇ ਜਾਂਦੀ ਦੋਨੇ ਲੱਗਦੀ ਹੈ। ਠੰਡ ਜਦੋਂ ਆਉਂਦੀ ਆ ਉਦੋਂ ਹੀ ਬੱਚਿਆਂ ਨੇ ਕੋਟੀ ਕੋਟੀ ਵਾਂਗ ਰੱਖਣੀ ਚਾਹੀਦੀ ਹੈ ਤੇ ਜਦੋਂ ਜਾਂਦੀ ਆ ਉਦੋਂ ਵੀ ਕਿ ਆਉਂਦੀ ਜਾਂਦੀ ਲੱਗਦੀ ਹੈ, ਬਾਅਦ ਤਾਂ ਫਿਰ ਟੈਂਪਰੇਚਰ ਸੇਮ ਹੋ ਜਾਂਦਾ ਬੰਦੇ ਦਾ। ਜਾਂਦੀ ਲੱਗਦੀ ਹੈਗੀ। ਹਾਂ ਹੁਣ ਕਿੱਥੇ ਚੱਲੇ ਤੁਸੀਂ? ਹੁਣ ਮੈਂ ਕਿੱਥੇ ਚੱਲੇ? ਖੇਡਣ ਚੱਲੇ? ਓਕੇ ਬਾਏ ਫਿਰ ਹੈ। ਟਾਈਮ ਹੁਣ ਰਾਤ ਦੇ ਵੱਜ ਗਏ ਨੇ ਮਿੱਤਰੋ 11 ਤੇ ਆਪਾਂ ਆਪਣਾ ਪਤਾ ਕਹਿਣਾ ਵੀ ਕਾਸਾ ਕਰੀਏ ਬੰਦ ਗੱਲਾਂ। ਓਕੇ ਸੀ ਚੱਲੀ ਵੀ ਕਰਨਾ ਸ਼ਮਾ? ਹਾਂਜੀ ਜੀ। ਅੰਦਰ ਦੇਖ ਲਿਆ ਫਿਰ ਜੇ ਕੋਈ ਸਮਾਨ ਚੱਕਰਦਾਰੀ ਕਰ ਲਿਆ? ਇੱਕ ਮਿੰਟ ਜੀ, ਇੱਕ ਵਾਰੀ ਦੁਬਾਰਾ ਤੋਂ ਕਰਿਆ ਆਪਣਾ ਯਾਰ ਨਾ ਫਰਿੱਜ ਖਰਾਬ ਹੋਣ ਕਰਕੇ ਨਾ ਕਾਫੀ ਜ਼ਿਆਦਾ ਸਮਾਨ ਅੱਜ ਗੇਰਨਾ ਪਿਆ ਆਪਾਂ ਨੂੰ। ਆਟਾ ਜਿਹੜਾ ਸਵੇਰੇ ਆਪਾਂ ਗੁੰਨਿਆ ਨਹੀਂ, ਪਾਸਤਾ ਵਗੈਰਾ ਬਣਾਈ ਆ, ਜਿੰਨੀ ਕੁ ਵੀ ਲੱਗੀ ਲੱਗੀ ਤੇ ਕੁਛ ਕੁ ਬਚ ਗਏ ਸੀਗੇ 20-25 ਕੇ ਪੇੜੇ, ਉਹ ਸਾਰੇ ਆਪਾਂ ਰਾਤ ਨੂੰ ਗੇਰਨੇ ਪਏ ਆ ਕਿਉਂ ਜੇ ਆਪਾਂ ਰੱਖ ਦਿੰਦੇ ਉਹਨਾਂ ਨੂੰ ਤਾਂ ਫਰਿੱਜ ਤੋਂ ਬਾਹਰ ਨਹੀਂ ਰਹਿੰਦੇ ਪਾਸਤੋ, ਉਹ ਫਿਰ ਬਾਅਦ 'ਚ ਖਰਾਬ ਹੀ ਹੋਣੇ। ਹੁਣ ਗੇਰਨ ਨਾਲੋਂ ਜੇ ਸਵੇਰੇ ਗੇਰਦੇ ਗਲਤ ਇੱਕੋ ਸੀਗੀ, ਆਪਾਂ ਹੁਣੇ ਗੇਰਤਾ, ਬਾਕੀ ਸਮਾਨ ਸਾਰਾ ਬਚ ਗਿਆ ਨਾ। ਬਾਕੀ ਸਮਾਨ ਸਾਰਾ ਆਪਾਂ ਨੇ ਦੂਜੀਆਂ ਫਰਿੱਜਾਂ ਵਿੱਚ ਐਡਜਸਟਮੈਂਟ ਕਰ ਲਿਆ। ਅੱਜ ਸਮਾਨ ਆਪਾਂ ਨੇ ਕੱਟਿਆ ਵੀ ਘੱਟ ਸੀਗਾ ਥੋੜ੍ਹਾ ਜਿਹਾ ਵੀ ਜਿੰਨਾ ਕਿ ਆਪਣਾ ਸ਼ਾਮ ਨੂੰ ਲੱਗ ਜਾਵੇ, ਆਪਾਂ ਉੱਨੀ ਹੀ ਤਿਆਰੀ ਕੀਤੀ ਸੀਗੀ। ਕੱਲ੍ਹ ਨੂੰ ਤਾਂ ਸਵੇਰੇ ਮਿਸਤਰੀ ਨਾਲ ਗੱਲਬਾਤ ਹੋ ਗਈ ਆ, ਕੱਲ੍ਹ ਦੀ ਅਪੁਆਇੰਟਮੈਂਟ ਉਹਨਾਂ ਦਿੱਤੀ ਵੀ ਆ, ਕੱਲ੍ਹ ਨੂੰ ਆ ਕੇ ਆਪਣਾ ਫਰਿੱਜ ਠੀਕ ਕਰਕੇ ਜਾਣਗੇ ਉਹ, ਫਿਰ ਸਵੇਰੇ ਕੱਲ੍ਹ ਨੂੰ ਪਾਸਤਾ ਵਗੈਰਾ ਬਣਾਵਾਂਗੇ। ਅਤੇ ਅੱਜ ਦਾ ਵਲੋਗ ਇੱਥੇ ਆਪਾਂ ਆਪਣਾ ਬੰਦ ਕਰਦੇ। ਤੁਹਾਨੂੰ ਜੇ ਆਪਣਾ ਅੱਜ ਦਾ ਵਲੋਗ ਪਸੰਦ ਆਇਆ ਮਿੱਤਰੋ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ।
ਚੈਨਲ ਸਬਸਕ੍ਰਾਈਬ ਕਰਿਓ, ਬੈਲ ਆਈਕਨ ਤੇ ਕਰਿਓ ਕਲਿੱਕ। ਸਵੇਰੇ ਮਿਲਾਂਗੇ ਸੋਹਣੇ ਵਲੌਗ ਲੈ ਕੇ, ਤਦ ਤੱਕ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।